Hey guys, subscribe and press the bell icon to never miss a video from Gabru. दोस्तों entertainment industry ਵਿੱਚ ਅਜਿਹੇ ਬਹੁਤ ਸਾਰੇ artist ਹਨ ਜਿਨ੍ਹਾਂ ਨੇ ਆਪਣੇ career ਦੀ ਸ਼ੁਰੂਆਤ reality show ਤੋਂ ਕੀਤੀ ਸੀ ਤੇ ਮੈਂ ਅੱਜ ਅਜਿਹੇ ਹੀ artist ਦੀ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੇ ਆਪਣੇ reality show ਦੇ ਸਮੇਂ ਹੀ ਆਪਣੀ fan following ਬਣਾ ਲਈ ਸੀ ਤੇ ਮੈਂ ਗੱਲ ਕਰ ਰਿਹਾ ਹਾਂ ਬੁਲੰਦ ਆਵਾਜ਼ ਵਾਲੇ singer ਖੁਦਾ ਬਖਸ਼ ਜੀ ਬਾਰੇ ਜਿਨ੍ਹਾਂ ਨੇ ਆਪਣੇ reality show ਦੀ ਜਿੱਤ ਤੋਂ ਬਾਅਦ entertainment industry ਦੇ ਵਿੱਚ ਆਪਣੀ ਆਵਾਜ਼ ਦੇ ਨਾਲ fans ਦੇ ਦਿਲਾਂ ਤੇ ਰਾਜ ਕੀਤਾ ਸੀ ਤੇ ਉਹਨਾਂ ਨੇ ਆਪਣੇ song ਕੰਨਿਆ ਕੁਆਰੀ ਤੇਰੀ ਅੱਖ ਅਤੇ ਬਾਪੂ ਦੇ ਨਾਲ fans ਨੂੰ ਖੂਬ entertain ਕੀਤਾ ਸੀ ਇੰਡੀਅਨ ਆਈਡਲ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਨਾਮ ਬਣਾਇਆ ਤੇ ਉਹਨਾਂ ਦੇ song ਲੱਗੇ ਨਾ ਜੀਆ ਨੂੰ ਵੀ fans ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਉਹਨਾਂ ਦੇ song ਹੰਝੂ ਨੂੰ ਵੀ fans ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਤੇ ਇਹ song ਕਾਫੀ ਟ੍ਰੈਂਡ ਵਿੱਚ ਰਿਹਾ ਸੀ ਤੇ ਹੁਣ ਉਹ ਆਪਣੇ fans ਦੇ ਹਾਈ ਡਿਮਾਂਡ ਦੇ ਉੱਤੇ ਆਪਣਾ ਨਵਾਂ song ਲੈ ਕੇ ਆ ਰਹੇ ਹਨ ਜਿਸ ਦਾ ਟਾਈਟਲ ਹੈ ਹੰਝੂ 2 ਤੇ ਇਸ song ਦੀ ਜਾਣਕਾਰੀ ਉਹਨਾਂ ਨੇ ਆਪਣੇ Instagram ਤੇ ਇਸ song ਦਾ ਪੋਸਟਰ ਸ਼ੇਅਰ ਕਰਕੇ ਕੀਤੀ ਹੈ ਤੇ ਆਓ ਚੈੱਕ ਕਰਦੇ ਹਾਂ ਇਹ ਪੋਸਟਰ ਇਸ song ਨੂੰ music ਦਿੱਤਾ ਹੈ ਫਰੀਕ ਸਿੰਘ ਅਤੇ ਸ਼ੌਨ ਵੱਲੋਂ ਤੇ song ਦੇ lyrics ਲਿਖੇ ਗਏ ਹਨ ਮਿਰਜ਼ਾ ਵੱਲੋਂ ਤੇ song 2 ਸਤੰਬਰ ਨੂੰ ਰਿਲੀਜ਼ ਹੋਵੇਗਾ ਤੇ ਹਾਲ ਹੀ ਵਿੱਚ ਉਹਨਾਂ ਨੇ singer ਅਫਸਾਨਾ ਖਾਨ ਦੇ ਨਾਲ famous song ਸਾਕੀ ਸਾਕੀ ਦਾ cover ਕੀਤਾ ਹੈ ਪਰ ਫਿਲਹਾਲ ਸਾਨੂੰ ਉਹਨਾਂ ਦੇ sad song ਹੰਝੂ 2 ਦਾ ਬੇਸਬਰੀ ਨਾਲ ਇੰਤਜ਼ਾਰ ਹੈ ਤੁਸੀਂ ਇਹ song ਲਈ ਕਿੰਨੇ excited ਹੋ ਸਾਨੂੰ comment section ਵਿੱਚ ਜ਼ਰੂਰ ਦੱਸੋ ਅਜਿਹੀਆਂ ਹੋਰ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਇੰਟਰਸਟਿੰਗ ਅਪਡੇਟਸ ਜਾਣਨ ਲਈ ਸਾਡੇ ਗਬਰੂ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ notification ਲਈ bell icon press ਕਰੋ ਬਹੁਤ important ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ latest updates ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗਬਰੂ ਐਪ ਕਰ ਲੋ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ